ਬੇਮਾਨਾ ਇਹ ਹੈ ਵੀ ਕਿਸ ਕੋਲ ਕਿੰਨਾ ਰੈਡੀ ਕੈਸ਼ ਹੈ, ਥੋੜੇ ਆਪਣੇ ਜਾਣਕਾਰੀ ਇਨਫੋਰਮੇਸ਼ਨ ਦੇ ਦਿੰਦੇ ਨੇ ਕਿ ਫਲਾਂ ਬੰਦੇ ਕੋਲ ਆ ਪੈਸਾ ਹੈ, ਇਹਨਾਂ ਦੇ ਕੋਲ ਯਾਰ ਡਾਲਰ ਆਏ ਹੋਏ ਨੇ, ਇਹਦੇ ਕੋਲ ਕੋਈ ਪੇਮੈਂਟ ਹੋਈ, ਕੋਈ ਪ੍ਰੋਪਰਟੀ ਦੀ ਟ੍ਰਾਂਜੈਕਸ਼ਨ ਹੋਈ, ਜਿਵੇਂ ਮਨੀ ਐਕਸਚੇਂਜਰ ਕਿੰਨੇ ਕੁ ਲੋਕ ਦੇਈ ਜਾ ਰਹੇ ਨੇ, ਤੇ ਜਿਹੜੇ ਲੋਕ ਦੇ ਰਹੇ ਨੇ ਪੈਸੇ ਵਾਹੀ ਦੇ ਰਹੇ ਨੇ, ਪ੍ਰੋਟੈਕਸ਼ਨ ਮਨੀ ਐਕਸਟੋਰਸ਼ਨ ਦੇ ਰਹੇ ਨੇ, ਸੋ ਉਹਨਾਂ ਤੋਂ ਬਾਅਦ ਤਾਂ ਫਿਰ ਇਹਨਾਂ ਦਾ ਮੂੰਹ ਨੂੰ ਖੂਨ ਲੱਗ ਗਿਆ ਤੇ ਉਸ ਤੋਂ ਬਾਅਦ ਇਹ ਗੈਂਗਸਟਰ ਨੇ ਹਟਣਾ ਨਹੀਂ। ਘਟਨਾਵਾਂ ਹੋ ਰਹੀਆਂ ਨੇ, ਇਹ ਇਹਨਾਂ ਦੇ ਮਾਸਟਰਮਾਈਂਡ ਇੰਡੀਆ 'ਚ ਬੈਠੇ ਨੇ ਜਾਂ ਉੱਥੋਂ ਤਿਆਰ ਹੋ ਕੇ ਇੱਥੇ ਆਉਂਦੀਆਂ ਨੇ ਇਹ ਘਟਨਾਵਾਂ? ਵਿਸ਼ੇਸ਼ ਤੌਰ ਤੇ ਜਿਹੜੇ ਬਿਲਡਰਸ ਨੂੰ ਟਾਰਗੇਟ ਕੀਤਾ ਜਾ ਰਿਹਾ, ਬਹੁਤ ਹੀ ਘੱਟ ਉਮਰ ਦੇ ਜਿਹੜੇ ਨੌਜਵਾਨ ਨੇ ਉਹ ਅੱਗਜ਼ਨੀ ਦੀ ਘਟਨਾਵਾਂ ਵੀ ਅੰਜਾਮ ਦੇ ਰਹੇ ਨੇ। 5G ਆਟੋ ਦੇ ਗੋਲੀਆਂ ਚੱਲੀਆਂ, ਨਵਾਬ ਮੋਟਰਸ ਦੇ ਗੋਲੀਆਂ ਚੱਲੀਆਂ, ਉਸ ਤੋਂ ਪਹਿਲਾਂ ਮਿਲੇਨੀਅਮ ਟਾਇਰਸ ਦ ਇੰਡੀਅਨ ਸਵੀਟ ਮਾਸਟਰ ਨਾਂ ਦਾ ਇੱਕ ਰੈਸਟੋਰੈਂਟ ਸੀ, ਉਸ ਨੂੰ ਟਾਰਗੇਟ ਕੀਤਾ ਗਿਆ। ਟਾਈਪ ਰਿਟਨ ਚਿੱਠੀਆਂ ਭੇਜੀਆਂ ਗਈਆਂ, ਉਸ ਵਿੱਚ ਥੱਲੇ ਜੈ ਸ਼੍ਰੀ ਰਾਮ ਲਿਖਿਆ ਹੋਇਆ ਸੀ। ਵੋਇਸ ਨੋਟ ਦੇ ਵਿੱਚ ਜਿਹੜੇ ਮੁੰਡੇ ਗੱਲ ਕਰਦੇ ਨੇ, ਜਿਹੜੇ ਧਮਕੀ ਦਿੰਦੇ ਨੇ, ਉਹ ਕਹਿੰਦੇ ਨੇ ਜੀ ਅਸੀਂ ਲਾਰੈਂਸ ਬਿਸ਼ਨੋਈ ਗਰੁੱਪ ਤੋਂ ਬੋਲਦੇ ਪਏ ਹਾਂ। ਹੁਣ ਐਡਵੈਂਟਰ ਪੁਲਿਸ ਦਾ ਇਹ ਕਹਿਣਾ ਕਿ ਇੰਡੀਆ ਦਾ ਕੋਈ ਗੈਂਗਸਟਰ ਪਿੱਛੇ ਹੈ। ਅਕਤੂਬਰ 'ਚ ਅਜਿਹਾ ਕੀ ਹੋਇਆ ਕਿ ਅਕਤੂਬਰ ਤੋਂ ਅਚਾਨਕ ਇਹ ਮਾਮਲਿਆਂ ਦੇ ਵਿੱਚ ਵਾਧਾ ਹੋਣਾ ਸ਼ੁਰੂ ਹੋ ਗਿਆ ਤੇ ਹਰ ਥਾਂ ਦੇ ਉੱਤੇ ਸਭ ਕੁਝ ਹੋਇਆ? ਭਾਰਤ ਸਰਕਾਰ ਦੀ ਤੇ ਇੰਡੀਅਨ ਏਜੰਸੀਜ਼ ਦੇ ਤਜਰਬੇ ਦੀ ਮਦਦ ਲੈਣੀ ਚਾਹੀਦੀ ਹੈ। ਐਡਮਿੰਟਨ ਦੇ ਵਿੱਚ 6 ਮੁੰਡਿਆਂ ਨੂੰ ਗ੍ਰਿਫਤਾਰ ਕੀਤਾ ਗਿਆ, 4 ਆਰਸਨ ਦੇ ਕੇਸ ਦੇ ਵਿੱਚ ਵੀ ਫੜੇ ਗਏ ਨੇ, ਲੇਕਿਨ ਉਹਨਾਂ ਦੇ ਵਿੱਚੋਂ ਇੱਕ ਮੁੰਡਾ ਨਿਕਲ ਗਿਆ, ਉਹ ਕਹਿੰਦੇ ਉਹ ਦੇਸ਼ ਛੱਡ ਗਿਆ, ਉਹ ਭੱਜ ਗਿਆ ਜੀ ਕੈਨੇਡਾ। ਜਿੱਥੇ ਪਹਿਲਾਂ ਗੋਲੀਆਂ ਚਲਾਤੀਆਂ ਗਈਆਂ ਲੋਕਾਂ ਦੇ ਘਰਾਂ ਦੇ ਬਾਹਰ, ਪਹਿਲਾਂ ਫਾਇਰਿੰਗ ਹੋ ਗਈ ਬਿਜ਼ਨਸ ਦੇ ਬਾਹਰ ਤੇ ਉਸ ਤੋਂ ਬਾਅਦ ਉਹਨਾਂ ਨੂੰ ਕਾਲ ਲਾਇਆ ਗਿਆ। ਅਸੀਂ ਗੱਲ ਕਰਾਂਗੇ ਰਿਤੇਸ਼ ਲੱਖੀ ਨਾਲ ਤੇ ਉਹਨਾਂ ਨਾਲ ਗੱਲਬਾਤ ਹੋਏਗੀ ਕਿ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਅਸੀਂ ਦੇਖਦੇ ਆ ਰਹੇ ਹਾਂ, ਸੁਣਦੇ ਆ ਰਹੇ ਹਾਂ ਕਿ ਸਾਡੇ ਭਾਈਚਾਰੇ ਦੇ ਵਿੱਚ ਪੰਜਾਬੀ ਭਾਈਚਾਰੇ ਦੇ ਜਿਹੜੇ ਵੱਡੇ ਕਾਰੋਬਾਰੀ ਨੇ ਉਹਨਾਂ ਨੂੰ ਧਮਕੀ ਭਰੀਆਂ ਕੌਲਾਂ ਆ ਰਹੀਆਂ ਨੇ, ਵਟਸਐਪ ਰਾਹੀਂ ਜਾਂ ਹੋਰਨਾਂ ਸਾਧਨਾਂ ਰਾਹੀਂ ਉਹਨਾਂ ਨੂੰ ਸੁਨੇਹੇ ਦਿੱਤੇ ਜਾ ਰਹੇ ਨੇ ਕਿ ਸਾਨੂੰ ਜਾਂ ਤਾਂ ਇੰਨਾ ਪੈਸਾ ਦਿਓ, ਫਰੌਤੀ ਦਿਓ, ਨਹੀਂ ਤਾਂ ਅਸੀਂ ਤੁਹਾਡੇ ਕਾਰੋਬਾਰ ਦਾ ਕੰਮ ਦਾ ਨੁਕਸਾਨ ਕਰਾਂਗੇ। ਅਤੇ ਇਸ ਦੀਆਂ ਬਹੁਤ ਸਾਰੀਆਂ ਘਟਨਾਵਾਂ ਦਰਜ ਕੀਤੀਆਂ ਜਾ ਰਹੀਆਂ ਨੇ। ਇਹ ਸਿਲਸਿਲਾ ਸ਼ੁਰੂ ਹੋਇਆ ਬ੍ਰਿਟਿਸ਼ ਕੋਲੰਬੀਆ ਤੋਂ, ਜਿਹੜਾ ਓਨਟੈਰੀਓ 'ਚ ਵੀ ਗਿਆ ਅਤੇ ਹੁਣ ਇਸ ਨੇ ਆਮਦ ਦਿੱਤੀ ਹੈ ਐਡਮਿੰਟਨ ਵਿੱਚ। 29 ਵਾਰਦਾਤਾਂ ਹੁਣ ਤੱਕ ਐਡਮਿੰਟਨ 'ਚ ਦਰਜ ਕੀਤੀਆਂ ਜਾ ਚੁੱਕੀਆਂ ਨੇ, 6 ਬੰਦਿਆਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਿਆ ਹੈ, ਪਰਚੇ ਦਰਜ ਹੋ ਗਏ ਨੇ, ਚਾਰਜਸ ਲੱਗ ਗਏ ਨੇ। ਇਹ ਉਹ ਲੋਕ ਨੇ ਜਿਹੜੇ ਫਰੌਤੀਆਂ ਮੰਗਦੇ ਸਨ ਅਤੇ ਉਹਨਾਂ ਦੇ ਕਾਰੋਬਾਰਾਂ ਨੂੰ ਨੁਕਸਾਨ ਪਹੁੰਚਾ ਰਹੇ ਸਨ ਜਿਹੜਾ ਫਰੌਤੀ ਨਹੀਂ ਦਿੰਦਾ ਸੀ। ਇਸ ਨੂੰ ਲੈ ਕੇ ਸਾਡੀਆਂ ਪੁਲਿਸ ਏਜੰਸੀਆਂ ਹੁਣ ਆਪਸੀ ਤਾਲਮੇਲ ਬਣਾ ਰਹੀਆਂ ਨੇ, ਵੱਖ ਵੱਖ ਸ਼ਹਿਰਾਂ ਦੇ ਮੇਅਰਾਂ ਨੇ ਆਪਸ ਵਿੱਚ ਰਲ ਕੇ ਇੱਕ ਮੀਟਿੰਗਸ ਦਾ ਸਿਲਸਿਲਾ ਸ਼ੁਰੂ ਕੀਤਾ ਹੈ, ਜਿਹੜਾ ਇਸ ਸਮੱਸਿਆ ਦੇ ਉੱਤੇ ਨਕੇਲ ਕੱਸਣ ਵਾਸਤੇ ਕੰਮ ਕਰ ਰਹੇ ਨੇ। ਰਿਤੇਸ਼ ਲੱਖੀ ਜੀ ਸਾਡੇ ਨਾਲ ਸ਼ਾਮਿਲ ਹੋ ਰਹੇ ਨੇ। ਰਿਤੇਸ਼ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਜੀ, ਆਇਆਂ ਨੂੰ ਜੀ। ਸਤਿ ਸ਼੍ਰੀ ਅਕਾਲ, ਥੈਂਕ ਯੂ ਰਿਸ਼ੀ ਜੀ। ਜੀ ਬਹੁਤ ਸ਼ੁਕਰੀਆ। ਅਤੇ ਰਿਤੇਸ਼ ਜੀ, ਇਹ ਬੜੀਆਂ ਸੰਗੀਨ ਮਾਮਲਾ ਬਣਦਾ ਜਾ ਰਿਹਾ ਹੈ, ਬੜੀਆਂ ਘਟਨਾਵਾਂ ਹੋਈਆਂ ਨੇ ਓਨਟੈਰੀਓ ਵਿੱਚ, ਬ੍ਰਿਟਿਸ਼ ਕੋਲੰਬੀਆ ਵਿੱਚ, ਅਲਬਰਟਾ ਵਿੱਚ, ਐਡਮਿੰਟਨ ਅੜਿੱਕੇ ਆ ਗਿਆ। ਇਹ ਜਿਹੜੀ ਐਕਸਟੋਰਸ਼ਨ ਹੈ, ਜਿਹੜੇ ਸਾਡੇ ਕਾਰੋਬਾਰੀਆਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ, ਫਰੌਤੀਆਂ ਮੰਗੀਆਂ ਜਾ ਰਹੀਆਂ ਨੇ, ਇਹਦੇ ਬਾਰੇ ਪਹਿਲਾਂ ਤਾਂ ਇਹ ਦੱਸੋ ਕਿ ਹੋ ਕੀ ਰਿਹਾ ਜੀ? ਕੋਸਟ ਟੂ ਕੋਸਟ ਜਿੱਥੇ ਵੀ ਪੰਜਾਬੀ ਵਸੋਂ ਹੈ ਬਹੁਤ ਜ਼ਿਆਦਾ ਦਿੱਕਤ ਹੈਗੀ ਹੈ। ਤੇ ਪਿੱਛੇ ਬੀਤੇ ਦਿਨੀ ਜਿਹੜੀ ਐਡਮਿੰਟਨ ਪੁਲਿਸ ਨੇ ਖੁਲਾਸਾ ਕੀਤਾ, ਸਭ ਤੋਂ ਵੇਰਵੇ ਦੇ ਨਾਲ ਮੈਨੂੰ ਲੱਗਦਾ ਹੈ ਜਿੱਦਾਂ ਜੇ ਕੋਈ ਜਾਣਕਾਰੀ ਦਿੱਤੀ ਹੈ ਤਾਂ ਐਡਮਿੰਟਨ ਪੁਲਿਸ ਨੇ ਦਿੱਤੀ ਹੈ। ਐਡਮਿੰਟਨ ਪੁਲਿਸ ਨੇ ਦੱਸਿਆ ਕਿ ਤਕਰੀਬਨ 27 ਮਾਮਲੇ, 28 ਮਾਮਲੇ ਇਨਵੈਸਟੀਗੇਸ਼ਨ ਹੇਠ ਨੇ ਤੇ 27 ਦੇ 27 ਮਾਮਲੇ ਐਕਸਟੋਰਸ਼ਨ ਦੇ ਨਾਲ ਜੁੜੇ ਹੋਏ ਨੇ, 15 ਆਰਸਨ ਦੇ ਮਾਮਲੇ ਨੇ। ਹੁਣ ਇਹ ਵੀ ਬੜੀ ਵਿਚਿੱਤਰ ਗੱਲ ਹੈ ਕਿਉਂਕਿ ਸਰੀ ਦੇ ਵਿੱਚ ਜਿਹੜੇ ਮਾਮਲੇ ਵੇਖਣ ਦੇ ਵਿੱਚ ਆਏ ਨੇ, ਪਿਛਲੇ ਹਫ਼ਤੇ ਇੱਕ ਬੈਠਕ ਹੋ ਕੇ ਹਟਦੀ ਹੈ ਜਿਸ ਵਿੱਚ ਕਿ ਸਰੀ ਦੀ ਜਿਹੜੀ ਵੈਦਿਕ ਹਿੰਦੂ ਸੁਸਾਇਟੀ ਹੈ ਉਹਨਾਂ ਨੇ ਇੱਕ ਸਮਾਗਮ ਕਰਵਾਇਆ ਇਸੇ ਵਿਸ਼ੇ ਦੇ ਉੱਤੇ, ਐਕਸਟੋਰਸ਼ਨ ਦੇ ਵਿਸ਼ੇ ਦੇ ਉੱਤੇ। ਉਸ ਵਿੱਚ ਸਰੀ RCMP ਦੀ ਜਿਹੜੇ ਬ੍ਰਾਇਨ ਐਡਮਸ ਮੁਖੀ ਨੇ, ਉਹਨਾਂ ਨੇ ਜਾਣਕਾਰੀ ਦਿੱਤੀ ਕਿ ਇਸ ਵਕਤ 3 ਐਕਸਟੋਰਸ਼ਨ ਦੇ ਇਨਵੈਸਟੀਗੇਸ਼ਨ ਜਿਹੜੀਆਂ ਸਰੀ RCMP ਕਰ ਰਹੀ ਹੈ, ਇੱਕ ਵੈਸਟ ਵੈਨਕੂਵਰ ਦੇ ਵਿੱਚ ਵੱਖਰੀ ਤੇ ਵਾਈਟ ਰੌਕ। ਟੋਟਲ 5 ਮਾਮਲਿਆਂ ਦਾ ਜ਼ਿਕਰ ਕੀਤਾ। ਇਸ ਤੋਂ ਇਲਾਵਾ ਅੰਦਰ ਖਾਤੇ ਬਹੁਤ ਹੋਰ ਕੇਸਿਸ ਹੋਏ ਨੇ। ਜੇ ਆਪਾਂ ਦੂਸਰੇ ਪਾਸੇ ਪੀਲ ਰੀਜਨਲ ਪੁਲਿਸ ਦੀ ਗੱਲ ਕਰ ਲਈਏ, ਪੀਲ ਦੇ ਵਿੱਚ ਤਕਰੀਬਨ 17 ਤੇ 18 ਦੇ ਆਸ ਪਾਸ ਮਾਮਲਿਆਂ ਦਾ ਜ਼ਿਕਰ ਪਿਛਲੇ ਹਫ਼ਤੇ ਤੱਕ ਸੀ, ਮਾਮਲੇ ਵੱਧ ਸਕਦੇ ਨੇ, ਲੇਕਿਨ ਸਭ ਤੋਂ ਜ਼ਿਆਦਾ ਮਾਮਲੇ ਇਸ ਵਕਤ ਤੱਕ ਐਡਮਿੰਟਨ ਦੇ ਵਿੱਚ ਰਿਪੋਰਟ ਨੇ। ਤੇ ਸਭ ਤੋਂ ਜਿਹੜੀ ਯੂਨੀਕ ਗੱਲ ਐਡਮਿੰਟਨ ਦੇ ਵਿੱਚ ਹੋ ਰਹੀ ਹੈ ਉਹ ਹੈ ਆਰਸਨ ਦੀਆਂ ਘਟਨਾਵਾਂ। ਦੇਖੋ, ਡਰਾਈਵਵੇ ਸ਼ੂਟਿੰਗਸ ਬੜੀਆਂ ਕਾਮਨ ਨੇ ਸਰੀ ਦੇ ਵਿੱਚ, ਇੱਧਰ ਵੈਸਟ ਕੋਸਟ ਦੇ ਉੱਤੇ ਜਿਹੜੀਆਂ ਘਟਨਾਵਾਂ ਹੋਈਆਂ ਉਹਦੇ ਵਿੱਚ ਡਰਾਈਵਵੇ ਸ਼ੂਟਿੰਗਸ ਨੇ। ਬ੍ਰੈਂਪਟਨ ਦੇ ਵਿੱਚ ਜਿਹੜੀਆਂ ਘਟਨਾਵਾਂ ਹੋ ਰਹੀਆਂ ਨੇ ਉੱਥੇ ਡਰਾਈਵਵੇ ਸ਼ੂਟਿੰਗਸ ਨੇ, ਜਾਂ ਫਿਰ ਕਹਿ ਲਈਏ ਕਿ ਬਿਜ਼ਨਸਿਸ ਦੇ ਬਾਹਰ ਗੋਲੀਆਂ ਚੱਲੀਆਂ ਨੇ, ਲੇਕਿਨ ਜਿਹੜੀ ਘਟਨਾਵਾਂ ਐਡਮਿੰਟਨ ਹੋ ਰਹੀਆਂ ਨੇ ਉਸ ਵਿੱਚ ਆਰਸਨ ਦੇਖੀ ਗਈ ਹੈ। ਸੋ ਆਰਸਨ ਯਾਨੀ ਕਿ ਅੱਗਜ਼ਨੀ ਕਰਨਾ ਤਾਂ ਕੋਈ ਸੌਖਾ ਕੰਮ ਨਹੀਂ ਹੈ, ਉਹ ਜ਼ਿਆਦਾ ਲੌਜਿਸਟਿਕਲੀ ਔਖਾ ਹੈ,
लेकिन 15 वारदातां 15 घटनावां ना 27 दीआं घटनावां विचों ओह अगजनी दीआं होईआं ने। सो एक बहुत ही वक्री डायमेंशन है ते विशेष तौर पर जिहड़े बिल्डरस नूं टारगेट किया जा रहा एडमिंटन, जिवें पुलिस ने दस्सिया कि बिल्डर ही निशाने ते ने, होर कोई कैटेगरी एडमिंटन दे विच नहीं है जी। सो अलग अलग पैटर्नस है सो यह हूँ देखना होगा, हाले क्योंकि आपस के रिलेटिड नहीं है, यह भी चीज क्लीयर करती गई कि सरी के भी जो कुछ हो रहा है या ब्रैम्पटन जो कुछ हो रहा है तो एडमिंटन जो कुछ हो रहा है, एडमिंटन की जी 27 मामले इनवैसटीगेशन के हेठ ने वो जुड़ते नहीं ने सरी के नाल, लेकिन स्टिल द इनवैसटीगेशन इज अंडर वे। सो बहुत ही चिंतित चिंता करने वाली गल भी है, विचारन वाली गल भी है कि हो की रहा है इस तरीके के नाल, बहुत ही घट उम्र के जो नौजवान ने अगजनी की घटनावां भी अंजाम दे रहे हैं। जेडे एडमिंटन च घटनावां होईयां बहुते बिल्डरस आ उन्हां दे जेडे अंडर कंस्ट्रक्शन घर आ उन्हां नूं अग्गां लाईयां जा रहीयां ने, ते जेडे ब्रिटिश कोलंबिया विच जां टोरंटो च जिहड़ियां घटनावां होईयां ने ओह किस तरह दे कारोबारियां नूं निशाना बनाया जा रहा जी। देखो जी, इह सिलसिला शुरू होया सीगा ब्रैम्पटन दीआं जिहड़ियां घटनावां च पैटर्न नोट कीता उहदे विच कार डीलरस निशाने ते सी, ऑटोमोबाइल ते कार डीलरस, आईजी ऑटो दे गोलियां चलीआं, नवाब मोटर्स दे गोलियां चलीआं, उस तो पहला मिलेनियम टायर्स ते बिजनेस से बाहर गोलियां चलियां एंटी धुग्गा होना दे, हुण ऑफ लेट रेस्टोरेंट्स नूं टारगेट किया जा रहा है। ब्रैम्पटन की मैं गल चल से पहले ब्रैम्पटन का मैं जिक्र कर रहा, रेस्टोरेंट दे विच द इंडियन स्वीट मास्टर नाम का एक रेस्टोरेंट सी, उसनूं 1.5 हफ्ता पहला दो हफ्ते पहला टारगेट किया गया, 3 दिन पहला की घटना है जो कि सरदार जी नाम का एक रेस्टोरेंट है उन्होंने। सो कार डीलरस ते रेस्टोरेंट के मालिक ब्रैम्पटन दे विच यह ट्रेंड है। जे आप गल सरी कर लिए, सरी के थोड़ा जा पैटर्न जो है मिक्स है, इतने भी कुछ रेस्टोरेंट के ओनर्स टारगेट किया गया है, ईवन इतों के जेडे एक लक्ष्मी नारायण मंदिर के मुखी ने सतीश कुमार, उन्होंने बेटे के घर के बाहर गोली चलती है, हालांकि वह एक्सटॉर्शन के जुड़िया हुआ मामला नहीं है, क्योंकि इस चीज बारे खुलासा होया कि दैट वॉज नॉट एन एक्सटॉर्शन कॉल, और पिछले कुछ होर दुश्मनी है, कुछ होर गल हो सकती है। लेकिन सरी के घटनावां हो रही ने, कारोबारी इतने भी ने, रेस्टोरेंट मालिक तो भी फिरौती मंगी गई है, बिल्डर जिहड़े हैगे ने बिल्डर इस वक्त एडमिंटन दे विच टारगेट किए जा रहे हैं। राइट जी, जिहड़ी एडमिंटन पुलिस ने गल कीती है इनू ए भी उन्होंने उन्होंने शक या खदशा है कि ये जिहड़ियां घटनावां हो रही ने इन्हां दे मास्टरमाइंड इंडिया च बैठे ने जां उत्थों तैयार होके इत्थे आउंदियां ने इह घटनावां। जी जी बिल्कुल, एडमिंटन पुलिस ने कहा है ते इह गल्लां बातां सरी ते ईवन पील रीजनल पुलिस भी मानती है, लेकिन हुण की इह सेम गैंगस्टर की गल कर रहे हैं, क्योंकि सरी दे विच जिवें लोकां नूं कुछ टाइप रिटन चिट्ठियां भेजियां गईयां, उस विच थले जय श्री राम लिखा होया सी, कुछ लोगों को वॉयस नोट के उत्ते धमकियां लाइया गई ने, वो वॉयस नोट के जो मुंडे गल करते हैं जो धमकी देते हैं, वो कहते हैं जी असं लॉरेंस बिश्नोई ग्रुप तो बोलते पे हैं, उन्होंने है ने नहीं है ने एक चीज़ का पता नहीं है। सो इस चीज़ को तो अक्रॉस जो अलग अलग ज्यूरिसडिक्शन की पुलिस है वो मानती है कि किसी इंडियन गैंगस्टर के नाल ताल्लुक ने, लेकिन एडमिंटन पुलिस ने कहा कि हाँ इंडियन गैंगस्टर ऑर्केस्ट्रेट करवा रहे हैं मास्टर माइंड ने, लेकिन जो मुंडे वारदात इतने कर रहे हैं वो लोकल मुंडे होंगे ने, कोई PR ते आया हुआ है ते पॉसिबली कोई स्टूडेंट वीजा ते भी आए हो सकते हैं, लेकिन लेकिन एक गल उन्होंने क्लीयर की है कि आपस के लिंक नहीं है। हुण एडमिंटन पुलिस का यह कहना कि इंडिया का कोई गैंगस्टर पिछे है, लेकिन सरी ते पील दे नाल घटनावां लिंक्ड नहीं है, तो यह मतलब की लाया जाए कि लॉरेंस बिश्नोई नहीं है। सो ये चीज बड़ी वेखण वाली है, क्योंकि इन्होंने जिक्र नहीं किया भी कहड़ा इंडियन गैंगस्टर जिहड़ा हैगा, ना तो उन्होंने जिक्र किया ना इन्होंने जिक्र किया, सो ना लैन तो बचते पे ने। सो की एडमिंटन दे विच जिहड़े मुंडे काम कर रहे हैं इस तरीके दी अगजनी दी घटनावां हो रही ने उहदे विच गैंगस्टर कोई होर है अदर दैन लॉरेंस बिश्नोई, सो ये चीजा हजे तक इनवैसटीगेशन हेठ हैगियां ने। सो आपां जानते हैं सारे कि इत्थे पुलिस छेती छेती ना नहीं लेगी जब तक उन्होंने कोई पुख्ता गल्लां बातां हाथ नहीं लग जाती। सरी दी मेयर ब्रेंडा लॉक ने पिछले दिन ही अनाउंस किया सी कि वो बाकी शहरां दे मेयर्स नाल भी तालमेल बना रहे ने, एबसफोर्ड दे नाल भी, सो ये हुण किस तरह दा तालमेल बन रहा जी, की करनगे उहदे विच? देखो जी, ये तो तालमेल क्योंकि जो इत्थे बैठक हुई सी 1.5 हफ्ता पहला जो वैदिक हिंदू सोसायटी ने बैठक कराई सी, उस विच मेयर ब्रेंडा लॉक नूं भी सद्या गया सी, उस विच सारे मैंबर पार्लियामेंट रणदीप सिंह सराय जिहड़े साडे इत्थे दे MP हैगे ने ते अटॉर्नी जनरल भी सदे गए सी, लेकिन गल्लां बातां ही हुई कोई ज्यादा वेरवे निकल के सामने इवन खुल के चर्चा भी नहीं हो पाई, बस ये सीगा कि एक बार एक समागम कर लिया गया, आपस में लोग इकट्ठे हो गए तो उन्होंने विचार वटांदरे किए, लेकिन कोई सिट्टामुखी गलबात नहीं निकली। हाँ उस तो बाद मेयर ब्रेंडा लॉक ने कहा है कि क्योंकि एडमिंटन के नाल भी गल कर रहे हैं या होर थां जिथे जिथे घटनावां हो रही ने
ਸੋ ਦੇ ਆਰ ਟਰਾਇੰਗ ਟੂ ਵਰਕ ਆਊਟ। ਇਸ ਮਾਮਲੇ ਦੇ ਵਿੱਚ ਇਹ ਵੀ ਬੜੀ ਲੋੜ ਮਹਿਸੂਸ ਕੀਤੀ ਜਾ ਰਹੀ ਹੈ, ਪੀਲ ਰੀਜਨਲ ਪੁਲਿਸ ਨੇ ਇੱਕ ਟਾਸਕ ਫੋਰਸ ਬਣਾਈ, ਉਹਦਾ ਨਾਮ ਹੈਗਾ ਐਕਸਟੋਰਸ਼ਨ ਇਨਵੈਸਟੀਗੇਸ਼ਨ ਟਾਸਕ ਫੋਰਸ। ਇਸੇ ਤਰਜ਼ ਦੇ ਉੱਤੇ ਐਡਮਿੰਟਨ ਪੁਲਿਸ ਨੇ ਵੀ ਟਾਸਕ ਫੋਰਸ ਬਣਾ ਲਈ ਹੈ, ਹਾਲਾਂਕਿ ਇੱਥੇ ਕੋਈ ਟਾਸਕ ਫੋਰਸ ਨਹੀਂ ਬਣੀ ਹੈ, ਇੱਥੇ ਸਾਰੀ RCMP ਇਨਵੈਸਟੀਗੇਸ਼ਨ ਕਰ ਰਹੀ, ਅਲੱਗ ਅਲੱਗ ਪੁਲਿਸਾਂ ਕਰ ਰਹੇ ਨੇ। ਲੇਕਿਨ ਮੈਨੂੰ ਲੱਗਦਾ ਜਿਸ ਤਰੀਕੇ ਦਾ ਹਿਸਾਬ ਕਿਤਾਬ ਚੱਲਦਾ ਪਿਆ ਤੇ ਇਹ ਰੁਕਿਆ ਨਹੀਂ ਹੈ, ਅਕਤੂਬਰ ਤੋਂ ਸਿਲਸਿਲਾ ਸ਼ੁਰੂ ਹੁੰਦਾ। ਇਹ ਵੀ ਬੜਾ ਅਲੱਗ ਜਿਹਾ ਪੈਟਰਨ ਹੈ ਕਿ ਅਕਤੂਬਰ 'ਚ ਅਜਿਹਾ ਕੀ ਹੋਇਆ ਕਿ ਅਕਤੂਬਰ ਤੋਂ ਅਚਾਨਕ ਇਹ ਮਾਮਲਿਆਂ ਦੇ ਵਿੱਚ ਵਾਧਾ ਹੋਣਾ ਸ਼ੁਰੂ ਹੋ ਗਿਆ ਤੇ ਹਰ ਥਾਂ ਦੇ ਉੱਤੇ ਸਭ ਕੁਝ ਹੋਇਆ। ਸੋ ਇੱਥੇ ਮੈਨੂੰ ਲੱਗਦਾ ਵੀ ਇੱਕ ਜੁਆਇੰਟ, ਮਤਲਬ ਜਿਹਨੂੰ ਕਹਿੰਦੇ ਨੋਡਲ ਏਜੰਸੀ ਦੀ ਲੋੜ ਹੈਗੀ ਹੈ। ਸੋ ਜੇ ਮੇਅਰ ਮਿੰਟਾ ਲੋਕ ਇਹੋ ਜਿਹੀ ਗੱਲ ਕਰ ਰਿਹਾ, ਮੈਨੂੰ ਲੱਗਦਾ ਫੈਡਰਲ ਲੈਵਲ ਦੇ ਉੱਤੇ ਵੀ ਇਹ ਸੋਚਣਾ ਪੈਣਾ ਕਿ ਟਿਪੀਕਲ ਪ੍ਰੋਬਲਮ ਹੈ, ਇਹਦਾ ਹੱਲ ਅਲੱਗ ਅਲੱਗ ਜੁਰਿਸਡਿਕਸ਼ਨ ਦੀ ਪੁਲਿਸ ਨੇ ਨਹੀਂ ਕਰਨਾ। ਤੇ ਸਭ ਤੋਂ ਵੱਡੀ ਗੱਲ ਹੈ, ਇਹਨਾਂ ਨੂੰ ਭਾਰਤ ਸਰਕਾਰ ਦੀ ਤੇ ਇੰਡੀਅਨ ਏਜੰਸੀਜ਼ ਦੇ ਤਜਰਬੇ ਦੀ ਮਦਦ ਲੈਣੀ ਚਾਹੀਦੀ ਹੈ, ਉਹਦਾ ਰਾਹ ਲੈਣ ਦੀ ਲੋੜ ਹੈ। ਕਿਉਂਕਿ ਪੰਜਾਬ ਪੁਲਿਸ, ਦਿੱਲੀ ਪੁਲਿਸ ਜਾਂ ਹੋਰ ਜਿਹੜੀਆਂ ਪੰਜਾਬ ਦੇ ਅਲੱਗ ਅਲੱਗ ਜਾਂ ਇੰਡੀਆ ਦੇ ਅਲੱਗ ਅਲੱਗ ਜਿਹੜੇ ਰਾਜ ਹੈਗੇ ਨੇ, ਉੱਥੋਂ ਦੀਆਂ ਪੁਲਿਸ ਨੂੰ ਇਹਨਾਂ ਗੈਂਗਸਟਰਾਂ ਦੇ ਬਾਰੇ ਪਤਾ ਵੀ ਹੈ, ਤਜਰਬੇ ਵੀ ਹੈ, ਤੇ ਉਹਨਾਂ ਨੇ ਡੋਸੀਅਰ ਵੀ ਭੇਜੇ ਹੋਏ ਨੇ। ਹੁਣ ਜਿਹੜਾ ਵਿਨੀਪੈਕ ਦੇ ਵਿੱਚ ਅੱਜ ਤੋਂ 4 ਮਹੀਨੇ ਪਹਿਲਾਂ ਸੁੱਖਾ ਦੁਨੇਕੇ ਦਾ ਮਰਡਰ ਹੋਇਆ ਸੀ, ਉਹ ਸਾਰੀਆਂ ਗੱਲਾਂ ਬਾਤਾਂ ਇਨਫੋਰਮੇਸ਼ਨ ਆਈਆਂ ਹੁੰਦੀਆਂ ਨੇ, ਲੇਕਿਨ ਪਹਿਲੇ ਸਮਿਆਂ ਦੇ ਵਿੱਚ ਗੈਂਗਸਟਰਾਂ ਨੂੰ ਸੀਰੀਅਸਲੀ ਲਿਆ ਨਹੀਂ ਗਿਆ। ਬਹੁਤ ਅਜਿਹੇ ਐਲੀਮੈਂਟ ਜਿਹੜੇ ਕਿ ਭੱਜ ਕੇ ਅਮਰੀਕਾ ਕੈਨੇਡਾ ਦੇ ਵਿੱਚ ਆਏ ਹੋਏ ਨੇ, ਸੋ ਕਿਉਂਕਿ ਉਹਨਾਂ ਨੂੰ ਸੀਰੀਅਸਲੀ ਲਿਆ ਨਹੀਂ ਗਿਆ, ਹੁਣ ਹਾਲਾਤ ਇਹ ਹੈਗੇ ਨੇ ਕਿ ਉਹਨਾਂ ਨੂੰ ਇੱਥੇ ਜ਼ਿਆਦਾ, ਜਿਹਨੂੰ ਕਹਿ ਸਕਦੇ ਹਾਂ ਵੀ ਉਹਨਾਂ ਦੀ ਕਮਾਈ ਇੱਥੇ ਜ਼ਿਆਦਾ ਹੋਣੀ ਸ਼ੁਰੂ ਹੋ ਗਈ ਹੈ, ਉਹਨਾਂ ਨੂੰ ਲੱਗਦਾ ਵੀ ਇੱਥੇ ਤਾਂ ਬੜਾ ਸੌਖਾ ਹੈ, ਇੱਥੇ ਤਾਂ ਲੋਕ ਜ਼ਿਆਦਾ ਧਨਾਟ ਨੇ, ਤੇ ਕਿਸੇ ਤੋਂ $1,00,000 ਲੈਣਾ, ਕਿਸੇ ਤੋਂ $2,00,000 ਲੈਣਾ ਕੋਈ ਔਖਾ ਕੰਮ ਹੀ ਨਹੀਂ ਹੈਗਾ ਇੱਕ ਫੋਨ ਦੇ ਉੱਤੇ। ਅੱਛਾ, ਲੋਕ ਦੇਈ ਵੀ ਜਾ ਰਹੇ ਨੇ, ਇਹ ਚੀਜ਼ਾਂ, ਇਹ ਚਰਚਾਵਾਂ ਹੋਈਆਂ ਜਿਹੜੀ 2 ਹਫ਼ਤੇ ਪਹਿਲਾਂ ਬੈਠਕਾਂ ਹੋਈਆਂ, ਤੇ ਪੁਲਿਸ ਇਸ ਗੱਲ ਨੂੰ ਲੈ ਕੇ ਵੀ ਚਿੰਤਤ ਹੈ ਕਿ ਬਹੁਤ ਸੇ ਬਿਜ਼ਨਸਮੈਨ ਨੇ ਚੁੱਪ ਚਪੀਤੇ ਪਾਉਂਡ ਦੇ ਤੇ, ਇਹ ਬ੍ਰੈਂਪਟਨ 'ਚ ਹੋਇਆ, ਇਹ ਸਰੀ 'ਚ ਹੋਇਆ, ਐਡਮਿੰਟਨ 'ਚ ਵੀ ਹੋਇਆ ਹੋਏਗਾ। ਸੋ ਇਹ ਵੀ ਗੱਲ ਹੈ ਕਿ ਕਿੰਨੇ ਕੁ ਲੋਕ ਦੇਈ ਜਾ ਰਹੇ ਨੇ, ਤੇ ਜਿਹੜੇ ਲੋਕ ਦੇ ਰਹੇ ਨੇ ਪੈਸੇ ਵਾਹੀ ਦੇ ਰਹੇ ਨੇ, ਪ੍ਰੋਟੈਕਸ਼ਨ ਮਨੀ ਐਕਸਟੋਰਸ਼ਨ ਦੇ ਰਹੇ ਨੇ, ਸੋ ਉਹਨਾਂ ਤੋਂ ਬਾਅਦ ਤਾਂ ਫਿਰ ਇਹਨਾਂ ਦਾ ਮੂੰਹ ਨੂੰ ਖੂਨ ਲੱਗ ਗਿਆ, ਤੇ ਉਸ ਤੋਂ ਬਾਅਦ ਇਹ ਗੈਂਗਸਟਰ ਨੇ ਹਟਣਾ ਨਹੀਂ। ਸੋ ਫੈਡਰਲ ਲੈਵਲ ਦੇ ਉੱਤੇ ਮੈਨੂੰ ਲੱਗਦਾ ਕਿ ਇੱਕ ਸਾਂਝੇ ਲੈਵਲ ਦੇ ਇੱਕ ਨੋਡਲ ਏਜੰਸੀ ਫੋਰਸ ਚਾਹੀਦੀ ਜੀ। ਅੱਜ ਪੰਜਾਬ ਤੋਂ ਵੀ ਖਬਰ ਆ ਰਹੀ ਸੀ, ਲੈਵਿਸ਼ਲੀ ਖਰਚਾ ਕਰਦੇ ਆ ਵਿਆਹਾਂ ਦੇ ਉੱਤੇ, ਜਿਹੜੇ ਮੈਰਿਜਸ ਦੇ ਉੱਤੇ ਅੰਨੇਵਾਹ ਖਰਚਾ ਕਰਨ ਵਾਲੇ ਨੇ, ਉਹਨਾਂ ਨੂੰ ਗੈਂਗਸਟਰਾਂ ਦੀਆਂ ਕਾਲਸ ਹੁਣ ਜਾ ਰਹੀਆਂ ਨੇ, ਕੀ ਅਸੀਂ ਇਹਨੂੰ ਲਿੰਕ ਕਰ ਸਕਦੇ ਹਾਂ ਇਸ ਤਰ੍ਹਾਂ ਜਿਹੜਾ ਜੋ ਕੁਝ ਇੱਥੇ ਵਾਪਰ ਰਿਹਾ? ਹਾਂ ਬਿਲਕੁਲ, ਲਿੰਕ ਇਸ ਵਾਸਤੇ ਹੁੰਦਾ ਕਿਉਂਕਿ ਇੱਕ ਚੀਜ਼ ਤੇ ਦੇਖਣਾ ਪੈਣਾ, ਕਿਉਂਕਿ ਜਿਹੜੇ ਕੁਝ ਲੋਕਾਂ ਨੇ ਅਸੀਂ ਕੇਸਿਸ ਨੂੰ ਐਗਜ਼ਾਮਿਨ ਕੀਤਾ ਵੀ ਕਿਹੜੇ ਲੋਕਾਂ ਨੂੰ ਕਾਲਾਂ ਆਈਆਂ, ਤੇ ਉਹ ਕੋਈ ਐਸੀ ਗੱਲ ਨਹੀਂ ਸੀ ਕਿ ਬਹੁਤ ਵੱਡੇ ਆ ਧਨਾੜ ਬਿਜ਼ਨਸਮੈਨ ਹੈਗੇ ਨੇ। ਮਤਲਬ ਪੈਮਾਨਾ ਇਹ ਨਹੀਂ ਹੈ ਕਿ ਕਿਸ ਕੋਲ ਕਿੰਨਾ ਅਮਾਊਂਟ ਹੈ, ਕਿਸ ਕੋਲ ਕਿੰਨਾ ਫੰਡ ਹੈ, ਪੈਮਾਨਾ ਇਹ ਹੈ ਵੀ ਕਿਸ ਕੋਲ ਕਿੰਨਾ ਰੈਡੀ ਕੈਸ਼ ਹੈ। ਹੁਣ ਇਹਦੇ ਵਿੱਚ ਇਹ ਵੀ ਚੀਜ਼ਾਂ ਬੜੀਆਂ ਪੋਸੀਬਲ ਨੇ ਕਿ ਅੰਦਰ ਖਾਤਿਓਂ ਵੀ ਇਨਫੋਰਮੇਸ਼ਨ ਜਾਂਦੀਆਂ ਨੇ, ਥੋੜੇ ਆਪਣੇ ਜਾਣਕਾਰੀ ਇਨਫੋਰਮੇਸ਼ਨ ਦੇ ਦਿੰਦੇ ਨੇ ਕਿ ਫਲਾਂ ਬੰਦੇ ਕੋਲ ਆ ਪੈਸਾ ਹੈ, ਇਹਨੂੰ ਇਹਦੇ ਕੋਲ ਯਾਰ ਡਾਲਰ ਆਏ ਹੋਏ ਨੇ, ਇਹਦੇ ਕੋਲ ਕੋਈ ਪੇਮੈਂਟ ਹੋਈ, ਕੋਈ ਪ੍ਰੋਪਰਟੀ ਟ੍ਰਾਂਜੈਕਸ਼ਨ ਹੋਈ, ਜਿਵੇਂ ਮਨੀ ਐਕਸਚੇਂਜਰ ਜਿਹੜੇ ਲੋਕ ਨੇ ਮਨੀ ਐਕਸਚੇਂਜ ਦਾ ਕੰਮ ਕਰਦੇ ਨੇ, ਹੈਂਡੀ ਕੈਸ਼ ਅਵੇਲੇਬਲ ਹੈ, ਸੋ ਉਹਨਾਂ ਨੂੰ ਉਹਨਾਂ ਤੋਂ ਅਗਾਹੀਆਂ ਕਰਨਾ, ਜਾਂ ਉਹ ਲੋਕ ਜਿਹਨਾਂ ਕੋਲ ਫੰਡਿੰਗ ਅਵੇਲੇਬਲ ਹੈ ਜਾਂ ਜਿਹਨਾਂ ਕੋਲ ਰੈਡੀ ਫੰਡਸ ਅਵੇਲੇਬਲ ਹੈ, ਕਿਉਂਕਿ ਗੈਂਗਸਟਰਾਂ ਨੂੰ ਉਹਨਾਂ ਨੇ ਐਕਸਟੋਰਸ਼ਨ ਕਰਨੀ ਹੈ, ਉਹਨਾਂ ਨੂੰ ਰੈਡੀ ਕੈਸ਼ ਚਾਹੀਦਾ ਹੈ, ਫਟਾਫਟ ਪੇਮੈਂਟ ਹੋ ਜਾਏ, ਹਰ ਬੰਦੇ ਕੋਲ ਰੈਡੀ ਕੈਸ਼ ਨਹੀਂ ਹੁੰਦਾ। ਸੋ ਇਹ ਵੀ ਇਹ ਚੀਜ਼ ਜ਼ਰੂਰ ਹੈ ਵੀ ਜਿਹੜੇ ਲੋਕਾਂ ਕੋਲ ਰੈਡੀ ਕੈਸ਼ ਹੈ ਉਹਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ। ਤੇ ਇੱਕ ਗੱਲ ਹੋਰ ਬੜੀ ਇੰਪੋਰਟੈਂਟ ਹੈ ਕਿ ਭੇਤੀ ਜ਼ਰੂਰ ਹੈਗੇ ਨੇ ਕੋਈ ਨਾ ਕੋਈ ਵਿੱਚ, ਇਹਨਾਂ ਕੋਲ ਇਨਫੋਰਮੇਸ਼ਨ ਇਹਨਾਂ ਨੂੰ ਕਿੱਥੋਂ ਮਿਲ ਰਹੀ ਹੈ? ਸਭ ਤੋਂ ਵੱਡੀ ਗੱਲ ਇਹ ਹੁੰਦੀ ਹੈ ਕਿ ਇਹ ਪਤਾ ਹੋਣਾ ਵੀ ਕਿਸ ਬੰਦੇ ਨੂੰ ਤੁਸੀਂ ਕਾਲ ਲਾਣੀ ਹੈ, ਉਸ ਕੋਲ ਕੁਛ ਪੈਸਾ ਧੇਲਾ ਹੈ, ਕੁਛ ਫੰਡ ਹੈ, ਕੈਸ਼ ਹੈ, ਨਹੀਂ ਹੈ, ਕਿਹੜੇ ਨੰਬਰ ਤੋਂ ਕਾਲ ਲੈ ਜਾਣੀ। ਸੋ ਇਹ ਚੀਜ਼ਾਂ ਲਈ ਇੰਟਰਨਲੀ ਆਪਸ ਦੇ ਜਿਵੇਂ ਨਾ ਕਰਦਾ ਭੇਤੀ ਲੰਕਾ ਟਾਏ, ਸੋ ਇਸ ਤਰੀਕੇ ਦੀ ਅੰਦਰਲੇ ਲੋਕ ਵੀ ਮੈਨੂੰ ਲੱਗਦਾ ਤੁਹਾਡੇ ਬਿਜ਼ਨਸ ਰਾਈਵਲ ਹੋ ਸਕਦੇ ਨੇ, ਕਈ ਕਿਸਮ ਦੇ ਲੋਕ ਹੋ ਸਕਦੇ ਨੇ ਜੋ ਇਸ ਤਰੀਕੇ ਦੀਆਂ ਜਾਣਕਾਰੀਆਂ ਗੈਂਗਸਟਰਾਂ ਤੱਕ ਪਹੁੰਚਾਉਂਦੇ ਨੇ, ਤੇ ਉਸ ਤੋਂ ਬਾਅਦ ਇਹ ਕੰਮ ਚੱਲਦਾ। ਇਹਦੇ ਵਾਸਤੇ ਪੁਲਿਸ ਨੇ ਕੋਈ ਟਿਪਸ ਦਿੱਤੇ ਨੇ ਬਿਜ਼ਨਸ ਵਾਲਿਆਂ ਨੂੰ ਕਿ ਉਹਨਾਂ ਨੂੰ ਕੀ ਕਰਨਾ ਚਾਹੀਦਾ ਜੇ ਕੋਈ ਇਸ ਤਰ੍ਹਾਂ ਦੀ ਕਾਲ ਆਉਂਦੀ ਹੈ ਤਾਂ? ਟਿਪਸ ਤਾਂ ਕੁਛ ਨਹੀਂ, ਉਹਨਾਂ ਨੇ ਸਿਰਫ 911 ਦੇ ਉੱਤੇ ਸੰਬੰਧਿਤ ਜਿਹੜੀ ਪੁਲਿਸ ਹੈ ਕਿਹਾ ਕਿ ਉਹਨਾਂ ਨੂੰ ਤੁਸੀਂ ਦੱਸੋ ਪੇਮੈਂਟ ਤਾਂ ਨਾ ਕਰੋ ਕਿਸੇ ਵੀ ਹਾਲਤ ਦੇ ਵਿੱਚ। ਪੁਲਿਸ ਨੂੰ, ਪੁਲਿਸ ਆਪਣਾ ਕੰਮ ਕਰ ਰਹੀ ਹੈ ਕਿਉਂਕਿ RCMP ਦੇ ਜਿਹੜੇ ਮੁਖੀ ਬ੍ਰਾਇਨ ਐਡਵਰਡਸ ਰਹੇ, ਉਹਨਾਂ ਨੇ ਦੱਸਿਆ ਕਿ ਅਸੀਂ ਅਕਤੂਬਰ ਤੋਂ ਇਹ ਜਿਹੜੇ 4-5 ਕੇਸ ਰਹੇ ਇਹਨਾਂ ਦੀ ਜੁਰਿਸਡਿਕਸ਼ਨ ਦੇ ਵਿੱਚ, ਉਹਨਾਂ ਦੇ ਉੱਤੇ ਤਕਰੀਬਨ 200 ਪੁਲਿਸ ਅਫਸਰ ਲਾਏ ਹੋਏ ਨੇ, ਤੇ ਉਹਨਾਂ ਨੇ ਦੱਸਿਆ ਕਿ ਸਾਡੀ ਜਿਹੜੇ 20,000 ਇਨਵੈਸਟੀਗੇਸ਼ਨ ਦੇ ਜਿਹੜੇ ਆਵਰਸ ਹੁੰਦੇ ਨੇ, ਘੰਟੇ, ਮੈਨ ਆਵਰਸ ਜਿਹਨਾਂ ਨੂੰ ਕਿਹਾ ਜਾਂਦਾ ਹੈ, ਸੋ 20,000 ਮੈਨ ਆਵਰਸ ਅਸੀਂ ਲਗਾ ਚੁੱਕੇ ਹਾਂ, ਤੇ ਬਹੁਤ ਘੱਟ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਰਿਸੋਰਸਿਸ ਅਸੀਂ ਲਾਏ ਹੋਏ ਨੇ। ਇਹ ਨਾ ਸੋਚਿਆ ਜਾਵੇ ਕਿ ਜੇ ਪੁਲਿਸ ਰੋਜ਼ ਕੋਈ ਖੁਲਾਸੇ ਨਹੀਂ ਕਰ ਰਹੀ ਹੈ, ਗੈਂਗਸਟਰ ਨਹੀਂ ਫੜ ਰਹੀ, ਤੇ ਉਹ ਕੋਈ ਕੰਮ ਨਹੀਂ ਕਰਦੇ ਪਏ।
उन्होंने कहा कि इस मामले दे विच तुसी पुलिस नूं दसो 911 इज सफिशिएंट ते एक्सटॉर्शन दे लई तुसी दसो जरूर। टास्क फोर्सां बनियां ने चाहे पील इलाके दे विच बनी चाहे एडमिंटन दे विच बनी। आई होप कि एक इस प्रॉब्लम नूं एक वक्खरे तरीके दे नाल हैंडल करनगे क्योंकि एक बहुत टिपिकल प्रॉब्लम है ये क्योंकि नॉर्मल रूटीन अपराध नाल जुड़ी होगी वारदातां नहीं इहदा एक पैटर्न है। अगेन कमिंग बैक मैं लगता भी हजे इस चीज की कोई भारत कनेडा इस वक्त संबंध चंगे नहीं है। एक दुखांत है ये साडा पंजाबी कम्यूनिटी का दुखांत है कि टारगेट तो पंजाबी कम्यूनिटी ने पंजाबी बिजनेसमैन नु ही चाहे तुम एडमिंटन ला लो चाहे तिरसरी ला लो चाहे ब्रैम्पटन ला लो। सो भारतीय भाईचारे के पंजाबी भाईचारे के बिजनेसमैन नु ही टारगेट किया जा रहा है। दैट इज अ वेरी अनफॉर्चुनेट। हले बहुत कुछ करने की लड़ है एडा सौखा इस समस्या का हल नहीं हो पाना। गिरफ्तारियां जरूर हुई ने एडमिंटन के 6 मुंडे गिरफ्तार किया गया 4 आरसन के केस के भी फड़े गए हैं लेकिन उन्होंने एक मुंडा निकल गया लेकिन उधरले पास व्हाट्सएप एडमिंटन पुलिस ने दस कि व्हाट्सएप कॉल लोग धमकी दे रहे ने। ब्रैम्पटन भी शायद इसी तरीके का मॉडल मॉड्यूल है लेकिन इंटरेस्टिंग गल है कि इतने कुछ अजिहियां गल्लां होईयां ने जो सरी वाइट रॉक के इलाके दे जिथे पहला गोलियां चलातियां गईयां लोगों ने घरां दे बाहर पहला फायरिंग हो गई या बिजनेस दे बाहर ते उस तो बाद उन्होंने कॉल लाया गया कि देखो जी ये करता तो हुण तुसीं सानूं ओह दो फंड दो कैश दो जो भी है। अखीर च कुछ कहना चाहोगे इस मामले दे च घट्टो घट भारतीय जांच एजेंसियां दे नाल इंडियन गवर्नमेंट ते पुलिस जिहड़ी है उन्हां दे नाल जरूर तालमेल बिठाया जाए क्योंकि उन्हां तों बगैर बहुत इन्हां नूं समां लगना है। ਜਿਹੜਾ ਕੰਮ ਘੰਟਿਆਂ 'ਚ ਹੋ ਸਕਦਾ ਹੈ ਉਹਨੂੰ ਕਈ ਹਫ਼ਤੇ ਮਹੀਨੇ ਲੱਗ ਜਾਣਗੇ ਜੇ ਬਿਨਾਂ ਇੰਡੀਅਨ ਏਜੰਸੀਆਂ ਦੇ ਤਾਲਮੇਲ ਦੇ ਚੱਲੇਗੀ ਕੈਨੇਡਾ ਦੀ ਲਾਅ ਇਨਫੋਰਸਮੈਂਟ ਏਜੰਸੀ। ਬਹੁਤ ਸ਼ੁਕਰੀਆ ਰਤੇਸ਼ ਜੀ, ਥੈਂਕ ਯੂ ਵੈਰੀ ਮੱਚ ਸਰ। ਪੀਲ ਰੀਜਨ ਹੈ ਓਨਟੈਰੀਓ ਦਾ ਅਤੇ ਲੋਅਰ ਮੇਨਲੈਂਡ ਹੈ ਸਾਡੀ ਵੈਨਕੂਵਰ ਦੀ ਅਤੇ ਉਧਰਲੇ ਪਾਸੇ ਐਡਮਿੰਟਨ ਦੇ ਵਿੱਚ ਇਹ ਘਟਨਾਵਾਂ ਵਾਪਰੀਆਂ ਨੇ। ਬੜੀ ਸ਼ਿੱਦਤ ਨਾਲ ਇਸ ਦਾ ਸੇਕ ਹੁਣ ਮਹਿਸੂਸ ਕੀਤਾ ਜਾ ਰਿਹਾ ਸਾਡੇ ਭਾਈਚਾਰੇ ਵੱਲੋਂ ਖਾਸ ਤੌਰ ਦੇ ਉੱਤੇ। ਅਤੇ ਇਸ ਦੇ ਨਾਲ ਹੀ ਜੀ ਅੱਜ ਦਾ ਪ੍ਰੋਗਰਾਮ ਖਤਮ ਕਰਨ ਦੀ ਇਜਾਜ਼ਤ ਦਿਓ। ਤੁਹਾਡਾ ਸਾਡਾ ਰੱਬ ਰਾਖਾ ਜੀ।